ਵੱਡੇ ਬੱਚੇ ਚ ਭੂਤ ਹੈ। ਇਸ ਦੀ ਸੇਵਾ ਕਰਨੀ ਪਵੇਗੀ। ਪਖੰਡੀ ਬਾਬੇ ਨੇ ਬੱਚੇ ਦਾ ਕੁੱਟ ਕੁੱਟ ਕੀਤਾ ਬੁਰਾ ਹਾਲ। ਸੋਟੀਆਂ ਦੇ ਨਾਲ ਕੁੱਟ ਕੁੱਟ ਪਿੰਡੇ ਤੇ ਪਾ ਤੇ ਨੀ। 16 ਸਾਲਾਂ ਦਾ ਰਜਤ ਹਸਪਤਾਲ ਚ ਦਾਖਲ। ਮਾਂ ਬਾਪ ਆਪਣੀ ਗਲਤੀ ਦਾ ਹੁਣ ਕਰ ਰਹੇ ਪਛਤਾਵਾ ਤੇ ਬਾਬੇ ਤੇ ਲਾ ਰਹੇ ਗੰਭੀਰ ਇਲਜ਼ਾਮ। ਬਾਬਾ ਗੋਲੀ ਸਾਹਿਬ ਦੇ ਮੱਥਾ ਟੇਕਣੀ ਠੀਕ ਹੈ ਜੀ। ਉੱਥੇ ਬਾਬਾ ਜੀ ਨੇ ਬਹੁਤ ਜ਼ਿਆਦਾ ਇਹਨੂੰ ਕੁੱਟਿਆ ਜੀ। ਕਾਤੇ ਕਹਿੰਦੇ ਜੀ ਇਹ ਭੂਤ ਆ ਗਿਆ ਜੀ। ਅੱਛਾ, ਡੰਡਿਆਂ ਨਾਲ ਜੀ ਕੁੱਟਿਆ ਬਹੁਤ ਜ਼ਿਆਦਾ। ਅੱਛਾ ਜੀ, ਹਾਂਜੀ। ਤੇ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਜੀ ਕੁੱਟਿਆ ਕਾਤੇ ਇਹ ਬੱਚੇ ਨੂੰ ਦੱਸੋ। ਅੱਛਾ ਜੀ, ਹਾਂਜੀ। ਇਹ ਅੱਗੇ ਬਿਮਾਰ ਰਹਿੰਦਾ? ਅੱਗੇ ਇੱਕ ਦੋ ਵਾਰੀ ਬਿਮਾਰ ਹੋ ਗਿਆ ਜੀ, ਭੋਲੇ ਦਾ ਜੁੜੀ ਦਵਾਈ ਚੱਲਦੀ ਹੈ ਜੀ। ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਸੀ। ਦਰਅਸਲ ਇਹ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਨਾਬਾਲਿਗ ਬੱਚੇ ਨੂੰ ਡੇਰੇ ਦੇ ਬਾਬੇ ਵੱਲੋਂ, ਜਿਹੜਾ ਇੱਕ ਪਖੰਡੀ ਬਾਬਾ ਦੱਸਿਆ ਜਾ ਰਿਹਾ ਹੈ, ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਬੱਚੇ ਦੇ ਪਿਤਾ ਨੇ ਬਾਬੇ ਤੇ ਆਰੋਪ ਲਗਾਏ ਨੇ ਕਿ ਬਾਬੇ ਦਾ ਕਹਿਣਾ ਸੀ ਕਿ ਬੱਚੇ ਦੇ ਅੰਦਰ ਭੂਤ ਪ੍ਰੇਤ ਨੇ ਤੇ ਭੂਤ ਭਜਾਉਣ ਦੇ ਲਈ ਇਹ ਉਪਾਅ ਕਰਨਾ ਪਵੇਗਾ, ਜਿਸ ਤੋਂ ਬਾਅਦ ਬੱਚਾ ਉੱਥੇ ਹੀ ਬੇਹੋਸ਼ ਹੋ ਗਿਆ ਤੇ ਬਾਬੇ ਨੇ ਬੱਚੇ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਹੈ। ਦੱਸ ਦਈਏ ਕਿ ਮਾਂ ਵੱਲੋਂ ਤਲਵੰਡੀ ਵਿਖੇ ਇਸ ਬੱਚੇ ਨੂੰ ਇੱਕ ਬਾਬੇ ਦੇ ਡੇਰੇ 'ਚ ਲੈ ਕੇ ਜਾਇਆ ਗਿਆ, ਜਿੱਥੇ ਬਾਬੇ ਨੇ ਕਿਹਾ ਕਿ ਤੁਹਾਡੇ ਬੱਚੇ 'ਚ ਭੂਤ ਹੈ, ਇਸ ਨੂੰ ਕੱਢਣ ਦੇ ਲਈ ਇਲਾਜ ਕਰਾਉਣਾ ਪਊਗਾ, ਕੁੱਟਮਾਰ ਕਰਨੀ ਪਊਗੀ। ਜਿਸ ਤੋਂ ਬਾਅਦ ਬਾਬੇ ਨੇ ਬੱਚੇ ਨੂੰ ਇੰਨਾ ਕੁੱਟਿਆ ਕਿ ਬੱਚੇ ਦਾ ਬੁਰਾ ਹਾਲ ਹੋ ਗਿਆ ਹੈ। ਤਾਂ ਹੁਣ ਬਾਬੇ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲਿਸ ਪ੍ਰਸ਼ਾਸਨ ਦਾ ਇਸ ਉੱਪਰ ਕੀ ਕਹਿਣਾ ਹੈ, ਕਿਹੜਾ ਐਕਸ਼ਨ ਲਏਗੀ, ਜਾਣਦੇ। ਵੱਡੇ ਬੱਚੇ 'ਚ ਭੂਤ ਹੈ, ਇਸ ਦੀ ਸੇਵਾ ਕਰਨੀ ਪਵੇਗੀ। ਪਖੰਡੀ ਬਾਬੇ ਨੇ ਬੱਚੇ ਦਾ ਕੁੱਟ ਕੁੱਟ ਕੀਤਾ ਬੁਰਾ ਹਾਲ। ਸੋਟੀਆਂ ਦੇ ਨਾਲ ਕੁੱਟ ਕੁੱਟ ਪਿੰਡੇ ਤੇ ਪਾ ਤੇ ਨੀ। 16 ਸਾਲਾਂ ਦਾ ਰਜਤ ਹਸਪਤਾਲ ਚ ਦਾਖਲ। ਮਾਂ ਬਾਪ ਆਪਣੀ ਗਲਤੀ ਦਾ ਹੁਣ ਕਰ ਰਹੇ ਪਛਤਾਵਾ ਤੇ ਬਾਬੇ ਤੇ ਲਾ ਰਹੇ ਗੰਭੀਰ ਇਲਜ਼ਾਮ। ਬਾਬਾ ਗੋਲੀ ਸਾਹਿਬ ਦੇ ਮੱਥਾ ਟੇਕਣੀ ਠੀਕ ਹੈ ਜੀ। ਉੱਥੇ ਬਾਬਾ ਜੀ ਨੇ ਬਹੁਤ ਜ਼ਿਆਦਾ ਇਹਨੂੰ ਕੁੱਟਿਆ ਜੀ। ਕਾਤੇ ਕਹਿੰਦੇ ਜੀ ਇਹ ਭੂਤ ਆ ਗਿਆ ਜੀ। ਅੱਛਾ, ਡੰਡਿਆਂ ਨਾਲ ਜੀ ਕੁੱਟਿਆ ਬਹੁਤ ਜ਼ਿਆਦਾ। ਅੱਛਾ ਜੀ, ਹਾਂਜੀ। ਤੇ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਜੀ ਕੁੱਟਿਆ ਕਾਤੇ ਇਹ ਬੱਚੇ ਨੂੰ ਦੱਸੋ। ਅੱਛਾ ਜੀ, ਹਾਂਜੀ। ਇਹ ਅੱਗੇ ਬਿਮਾਰ ਰਹਿੰਦਾ? ਅੱਗੇ ਇੱਕ ਦੋ ਵਾਰੀ ਬਿਮਾਰ ਹੋ ਗਿਆ ਜੀ, ਭੋਲੇ ਦਾ ਜੁੜੀ ਦਵਾਈ ਚੱਲਦੀ ਹੈ ਜੀ। ਤੇ ਦਵਾਈ ਕੋਈ ਨਸ਼ਾ ਨੁਸ਼ਾ ਕਰਦਾ? ਹਾਂਜੀ, ਨਹੀਂ ਨਸ਼ਾ ਕੋਈ ਨਹੀਂ ਕਰਦਾ ਜੀ, ਪੜ੍ਹਦਾ ਹੀ ਦੱਸ ਨਹੀਂ ਚਾਹੀਦਾ। ਅੱਛਾ, 15 ਸਾਲਾਂ ਦਾ ਹੈਗਾ ਜੀ। ਠੀਕ ਹੈ, ਹਾਂਜੀ। ਤਾਂ ਪਿਤਾ ਦਾ ਬਿਆਨ ਤਾਂ ਤੁਸੀਂ ਸੁਣ ਹੀ ਲਿਆ ਕਿ ਕਿਵੇਂ ਉਸ ਬਾਬੇ ਨੇ ਇਸ ਬੱਚੇ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਸੀ। ਦਰਅਸਲ ਇਹ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਨਾਬਾਲਿਗ ਬੱਚੇ ਨੂੰ ਡੇਰੇ ਦੇ ਬਾਬੇ ਵੱਲੋਂ, ਜਿਹੜਾ ਇੱਕ ਪਖੰਡੀ ਬਾਬਾ ਦੱਸਿਆ ਜਾ ਰਿਹਾ ਹੈ, ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਬੱਚੇ ਦੇ ਪਿਤਾ ਨੇ ਬਾਬੇ ਤੇ ਆਰੋਪ ਲਗਾਏ ਨੇ ਕਿ ਬਾਬੇ ਦਾ ਕਹਿਣਾ ਸੀ ਕਿ ਬੱਚੇ ਦੇ ਅੰਦਰ ਭੂਤ ਪ੍ਰੇਤ ਨੇ ਤੇ ਭੂਤ ਭਜਾਉਣ ਦੇ ਲਈ ਇਹ ਉਪਾਅ ਕਰਨਾ ਪਵੇਗਾ, ਜਿਸ ਤੋਂ ਬਾਅਦ ਬੱਚਾ ਉੱਥੇ ਹੀ ਬੇਹੋਸ਼ ਹੋ ਗਿਆ ਤੇ ਬਾਬੇ ਨੇ ਬੱਚੇ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਹੈ। ਦੱਸ ਦਈਏ ਕਿ ਮਾਂ ਵੱਲੋਂ ਤਲਵੰਡੀ ਵਿਖੇ ਇਸ ਬੱਚੇ ਨੂੰ ਇੱਕ ਬਾਬੇ ਦੇ ਡੇਰੇ 'ਚ ਲੈ ਕੇ ਜਾਇਆ ਗਿਆ,
ਜਿੱਥੇ ਬਾਬੇ ਨੇ ਕਿਹਾ ਕਿ ਤੁਹਾਡੇ ਬੱਚੇ 'ਚ ਭੂਤ ਹੈ, ਇਸ ਨੂੰ ਕੱਢਣ ਦੇ ਲਈ ਇਲਾਜ ਕਰਾਉਣਾ ਪਊਗਾ, ਕੁੱਟਮਾਰ ਕਰਨੀ ਪਊਗੀ। ਜਿਸ ਤੋਂ ਬਾਅਦ ਬਾਬੇ ਨੇ ਬੱਚੇ ਨੂੰ ਇੰਨਾ ਕੁੱਟਿਆ ਕਿ ਬੱਚੇ ਦਾ ਬੁਰਾ ਹਾਲ ਹੋ ਗਿਆ ਹੈ। ਤਾਂ ਹੁਣ ਬਾਬੇ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲਿਸ ਪ੍ਰਸ਼ਾਸਨ ਦਾ ਇਸ ਉੱਪਰ ਕੀ ਕਹਿਣਾ ਹੈ, ਕਿਹੜਾ ਐਕਸ਼ਨ ਲਏਗੀ, ਜਾਣਦੇ।